ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਦੇ ਪਿੰਡ ਹਰੂਵਾਲ ਵਿਖੇ ਅਕਾਲੀ ਨੇਤਾ ਬਲਵਿੰਦਰ ਸਿੰਘ ਹਰੂਵਾਲ ਦੀ ਅਗਵਾਈ ਵਿੱਚ ਮੀਟਿੰਗ ਕਰਾਈ ਗਈ, ਜਿਸ ਵਿੱਚ ਡੇਰਾ ਬਾਬਾ ਨਾਨਕ ਹਲਕੇ ਤੋਂ ਅਕਾਲੀ ਬਸਪਾ ਦੇ ਉਮੀਦਵਾਰ ਰਵੀ ਕਰਨ ਸਿੰਘ ਕਾਲੋਂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਦੌਰਾਨ ਅਕਾਲੀ ਦਲ ਨੂੰ ਉਸ ਵੇਲੇ ਬਲ ਮਿਲਿਆ ਜਦੋਂ ਕਈ ਪਰਿਵਾਰਾਂ ਨੇ ਅਕਾਲੀ ਦਲ ਦਾ ਲੜ ਫੜਨ ਦਾ ਐਲਾਨ ਕੀਤਾ, ਜਿਨ੍ਹਾਂ ਦਾ ਰਵੀ ਕਰਨ ਸਿੰਘ ਕਾਲੋਂ ਨੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਤੇ ਰਵੀਕਰਨ ਸਿੰਘ ਕਾਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਇੱਕ ਅਜਿਹੀ ਪਾਰਟੀ ਹੈ ਜੋ ਚੋਣਾਂ ਦੌਰਾਨ ਜੋ ਵੀ ਵਾਅਦਾ ਕਰਦੀ ਹੈ ਉਸ ਨੂੰ ਪੂਰਾ ਕੀਤਾ ਜਾਂਦਾ ਹੈ। ਡੇਰਾ ਬਾਬਾ ਨਾਨਕ ਵਿੱਚ ਕੇਜਰੀਵਾਲ ਵੱਲੋਂ ਕੱਢੇ ਗਏ ਰੋਡ ਸ਼ੋਅ ਨੂੰ ਰਵੀਕਰਨ ਸਿੰਘ ਕਾਲੋ ਨੇ ਪੂਰੀ ਤਰ੍ਹਾਂ ਫਲਾਪ ਸ਼ੋਅ ਕਰਾਰ ਦਿੱਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚੋਂ ਭੀੜ ਇਕੱਠੀ ਕਰਕੇ ਡੇਰਾ ਬਾਬਾ ਨਾਨਕ ਵਿੱਚ ਰੋਡ ਸ਼ੋਅ ਕੱਢਿਆ ਗਿਆ। ਅਕਾਲੀ ਦਲ ਦੇ ਮੈਨੀਫੈਸਟੋ ਜਿਹੜਾ ਯਾਦ ਕੀਤਾ ਜੀ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਵਾ, ਉਹਦੇ ਵਿੱਚ ਸਭ ਤੋਂ ਪਹਿਲਾਂ ਉਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਜਿਹੜੇ ਸਕੀਮ ਆ ਜਿਹੜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 25 ਸਾਲ ਪਹਿਲਾਂ 5,500 ਤੋਂ ਉਹਨੂੰ ਵਧਾ ਕੇ 75,000 ਪੈਨਸ਼ਨ ਜਿਹੜੀ ਆ 3,100 ਅਤੇ ਹਰ ਪਰਿਵਾਰ ਦਾ ਮੈਡੀਕਲ ਕਾਰਡ ਬਣਾ ਕੇ ਦੇਵਾਂਗੇ ਜਿੱਥੇ 10 ਲੱਖ ਤੱਕ ਦਾ ਇਲਾਜ ਹੋ, ਹਰ ਪਰਿਵਾਰ ਜਿਹੜਾ ਵਾ ਉਹਦਾ 400 ਯੂਨਿਟ ਬਿਜਲੀ ਦਾ ਬਿੱਲ ਮਾਫ਼ ਹੋ, ਮਹੀਨੇ ਦਾ 2 ਮਹੀਨਿਆਂ ਬਾਅਦ ਬਿੱਲ ਆਉਣਾ, 800 ਯੂਨਿਟ ਮਾਫ਼ ਹੋਊਗਾ। ਇਸੇ ਤਰ੍ਹਾਂ ਹੀ ਜਿਹੜੇ ਸਟੂਡੈਂਟਸ ਨੇ ਸਾਡੇ ਬੱਚੇ ਪੜ੍ਹਦੇ ਨੇ ਉਹਨਾਂ ਵਾਸਤੇ ਅਸੀਂ ਇੱਕ ਕਾਰਡ ਬਣਾ ਕੇ ਦੇਵਾਂਗੇ ਜਿੱਥੇ 10 ਲੱਖ ਤੱਕ ਦੀ ਲਿਮਿਟ ਹੋਊਗੀ ਅਤੇ ਉਹ ਆਪਣੀ ਫੀਸ ਤਾਰ ਸਕਣਗੇ। ਜਿਹੜਾ ਨੀਲਾ ਕਾਰਡ ਆ ਉਸ ਉੱਪਰ ਕਣਕ ਤਾਂ ਮਿਲਣੀ ਆ, ਉਹਦੇ ਨਾਲ ਅਸੀਂ ਜਿਹੜੇ ਉਸ ਪਰਿਵਾਰ ਦੀ ਮੁਖੀ ਔਰਤ ਆ ਉਹਨੂੰ 2,000 ਰੁਪਇਆ ਹਰ ਮਹੀਨੇ ਦੇਵਾਂਗੇ। ਸਾਡੀਆਂ ਜਿੰਨੇ ਪਿੰਡ ਨੇ ਉਹਨਾਂ ਸਾਰਿਆਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿੰਨੇ ਸਕੂਲ ਨੇ ਉਹਨਾਂ ਨੂੰ ਬਿਲਕੁਲ ਸਹੀ ਮਾਨਿਆਂ ਦੇ ਵਿੱਚ ਜਿਹੜਾ ਸਮਾਰਟ ਸਕੂਲ ਬਣਾਇਆ ਜਾਊਗਾ। ਇਹਨਾਂ ਵਾਂਗੂ ਨਹੀਂ ਰੰਗ ਕਰ ਦਿੱਤਾ, ਉਹਦੇ ਸਮਾਰਟ ਸਕੂਲ ਲਿਖ ਦਿੱਤਾ, ਜਿਹੜਾ ਸਾਡੇ ਸਕੂਲ ਹੋਣਗੇ ਉਹਨਾਂ 'ਚ ਪ੍ਰੋਪਰ ਸਟਾਫ ਹੋਊਗਾ, ਸਾਰਾ ਇਕੁਪਮੈਂਟ ਹੋਊਗਾ ਅਤੇ ਨਾਲ ਹੀ ਜਿਹੜੇ ਹੋਸਪਿਟਲਸ ਨੇ ਉਹਨਾਂ ਨੂੰ ਅਪਗ੍ਰੇਡ ਕਰਕੇ ਲੋਕਾਂ ਦੀਆਂ ਸਿਹਤ ਸੇਵਾਵਾਂ ਨੂੰ ਉਚੇਚਾ ਧਿਆਨ ਰੱਖਿਆ ਜਾਊਗਾ। ਹੋਰ ਵੀ ਇੱਥੇ ਜਿਹੜੇ ਹੈਗੇ ਨੇ ਤੇਰਾਂ ਕਾਰਤੀ ਪ੍ਰੋਗਰਾਮ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਣਾਇਆ, ਕਿਉਂਕਿ ਸਾਡੀ ਸਰਕਾਰ ਦਾ ਇਹ ਵਾਅਦਾ ਰਿਹਾ, ਜੋ ਕਿਹਾ ਉਹ ਕੀਤਾ, ਜੋ ਕਿਹਾ ਉਹ ਕੀਤਾ ਅਤੇ ਜੋ ਕਹਾਂਗੇ ਉਹ ਕਰਾਂਗੇ। ਇਸੇ ਤਰ੍ਹਾਂ ਹੀ ਅਸੀਂ ਮੁਲਾਜ਼ਮਾਂ ਦਾ ਵੀ ਜਿਹੜਾ ਉਚੇਚਾ ਧਿਆਨ ਰੱਖਣ ਜਾ ਰਹੇ ਹਾਂ ਕਿ ਜਿਹੜੀਆਂ ਉਹਨਾਂ ਦੇ ਪੇ ਸਕੇਲ ਦੇ ਵਿੱਚ ਕਟੌਤੀਆਂ ਆਈਆਂ ਨੇ ਉਹਨਾਂ ਨੂੰ ਦੂਰ ਕਰਾਂਗੇ ਅਤੇ ਨਾਲ ਹੀ ਜਿਹੜੇ ਕੱਚੇ ਅਧਿਆਪਕ ਨੇ ਉਹਨਾਂ ਨੂੰ ਪੱਕੇ ਵੀ ਕੀਤਾ ਜਾਊਗਾ, ਕਿਉਂਕਿ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਜਿਹਨੇ ਹਮੇਸ਼ਾ ਹੀ ਮੁਲਾਜ਼ਮਾਂ ਦਾ ਬਹੁਤ ਖਿਆਲ ਰੱਖਿਆ, ਉਹਨਾਂ ਦੇ ਪੇ ਕਮਿਸ਼ਨ ਜਿੰਨੀ ਵਾਰੀ ਲਾਗੂ ਕੀਤੇ ਨੇ ਸਾਡੀ ਸਰਕਾਰ ਨੇ ਕੀਤੇ ਆ, ਜਿੰਨੀ ਭਰਤੀ ਵੀ ਹੋਈ ਆ ਸਾਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੇ ਰਾਜ ਦੇ ਵਿੱਚ ਹੋਈ ਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਰੁਜ਼ਗਾਰ ਦੇ ਮੌਕੇ ਵੀ ਜਿਹੜੇ ਆ ਉਹ ਵੱਧ ਤੋਂ ਵੱਧ ਪੈਦਾ ਕਰਕੇ ਨੌਜਵਾਨੀ ਨੂੰ ਰੁਜ਼ਗਾਰ 'ਤੇ ਲਾਇਆ ਜਾਊਗਾ। ਇਹ ਸਾਡੀ ਸ਼੍ਰੋਮਣੀ ਅਕਾਲੀ ਦਲ ਸਰਕਾਰ ਜੋ ਹੁਣ 2022 'ਚ ਬਣ ਜਾ ਰਹੀ ਆ, ਸਾਡਾ ਤਾਂ ਹਮੇਸ਼ਾ ਹੀ ਰਿਹਾ ਕਿ ਨਾ ਕੋਈ ਸਹੁੰ, ਨਾ ਕੋਈ ਗਰੰਟੀ, ਨਾ ਕੋਈ ਫੋਰਮ। ਜਿਹੜੀ ਗੱਲ ਕੀਤੀ ਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਆਪਣੀ ਜ਼ਬਾਨ 'ਤੇ ਕੀਤੀ ਆ ਅਤੇ ਉਸ ਅਕਾਲ ਪੁਰਖ ਤੋਂ ਡਰ ਕੇ ਹਰ ਵਾਰ ਜਿਹੜਾ ਚੋਣ ਮੈਨੀਫੈਸਟੋ ਦੇ ਵਿੱਚ ਵਾਅਦਾ ਕੀਤਾ ਉਹ ਪੂਰਾ ਕਰਦੇ ਰਹੇ। ਵਾਹਿਗੁਰੂ ਜੀ ਕਾ ਖਾਲਸਾ। ਜਿਹੜੇ ਬਾਬਾ ਨਾਨਕ ਜੀ ਰੋਡ ਸ਼ੋਅ ਕੱਢ ਗਏ ਨੇ ਉਸ ਵੇਲੇ ਤੁਸੀਂ ਕੀ ਕਰਨ ਜਾਓਗੇ?
ਜਿਹੜਾ ਰੋਡ ਸ਼ੋਅ ਸੀ ਸਾਰਿਆਂ ਵੇਖ ਹੀ ਲਿਆ ਵੀ ਉਹ ਰੋਡ ਸ਼ੋਅ ਸੀ, ਉਹ ਫਲਾਪ ਸ਼ੋਅ ਸੀ। ਜਿੰਨੇ ਕੁ ਆਏ ਪਤਾ ਨੀ ਕਿੱਥੋਂ ਆਏ, ਕੋਈ ਗੱਡੀਆਂ ਕੋਈ ਅੰਮ੍ਰਿਤਸਰ ਤੋਂ ਆਈਆਂ, ਬਟਾਲੇ ਤੋਂ ਆਈਆਂ, ਕਿੱਥੋਂ ਅਜਨਾਲੇ ਵਾਲੇ ਦਿੱਲੀ ਤੱਕ ਦੀਆਂ ਗੱਡੀਆਂ ਆਈਆਂ। ਤੇ ਇਹ ਪੰਜਾਬ ਦੇ ਲੋਕ ਜਿਹੜੇ ਨੇ ਕੇਜਰੀਵਾਲ ਨੂੰ ਪਸੰਦ ਨਹੀਂ ਕਰਦੇ, ਉਹਨਾਂ ਨੂੰ ਪਤਾ ਕਿ ਕੇਜਰੀਵਾਲ ਦਾ ਇੱਥੇ ਸਟੈਂਡ ਹੋ ਰਿਹਾ, ਹਰਿਆਣੇ 'ਚ ਜਾ ਕੇ ਸਟੈਂਡ ਹੋ ਰਿਹਾ ਅਤੇ ਦਿੱਲੀ ਜਾ ਕੇ ਸਟੈਂਡ ਹੋ ਰਿਹਾ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਆ, ਜਿਹਦਾ ਸਭ ਤੋਂ ਮਾਣ ਮੱਤੇ ਵਾਲਾ ਇਤਿਹਾਸ ਆ। ਅਤੇ ਲੋਕ ਜਿਹੜੇ ਨੇ ਪੰਜਾਬ ਦੀ ਪਾਰਟੀ ਚਾਹੁੰਦੇ ਨੇ, ਨਾ ਕਿ ਦਿੱਲੀਓਂ ਹੁਕਮ ਲੈਣ ਵਾਲੀਆਂ ਪਾਰਟੀਆਂ ਦੇ ਲੋਕ। ਦੋ ਦਿਨ ਰਹਿ ਕੇ ਵੋਟਾਂ 'ਚ ਤੁਸੀਂ ਆਪਣੇ ਪਾਰਟੀ ਵਰਕਰਾਂ ਨੂੰ ਕੀ ਸੁਨੇਹ ਦੇ ਰੱਖਦੇ? ਮੈਂ ਵਰਕਰਾਂ ਨੂੰ ਇੱਕੋ ਹੀ ਬੇਨਤੀ ਕਰਦਾ, ਦੋ ਰਾਤਾਂ ਰਹਿ ਗਈਆਂ, ਸੁਚੇਤ ਰਹੋ। ਕਿਉਂਕਿ ਜਦੋਂ ਬੰਦਾ ਹਾਰਦਾ ਹੋਵੇ ਨਾ, ਉਦੋਂ ਕਈ ਤਰ੍ਹਾਂ ਦੀਆਂ ਕੋਝੀਆਂ ਹਰਕਤਾਂ ਕਰਨ ਦੀ ਕੋਸ਼ਿਸ਼ ਕਰਦਾ। ਤੇ ਹੁਣ ਜਦੋਂ ਉਹਨਾਂ ਨੂੰ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਇੱਥੋਂ ਸੀਟ ਜਿਹੜੀ ਆ ਜਿੱਤ ਰਿਹਾ ਵਾ, ਤੇ ਮੈਂ ਇਹਨਾਂ ਨੂੰ ਇੱਕੋ ਬੇਨਤੀ ਕਰਾਂ ਕਿ ਸੰਜਮ ਦੇ ਨਾਲ, ਪਿਆਰ ਦੇ ਨਾਲ ਸਾਰਾ ਜਿਹੜਾ ਵਾ ਆਪਾਂ ਚੋਣ ਜਿਹੜਾ ਹੈਗਾ ਵਾ ਉਹਨੂੰ ਹਿਮਿਆ ਉਹਨੂੰ ਸਾਰਾ ਨਿਪਰੇ ਚਾੜਨਾ। ਤੇ ਇਹਨਾਂ ਨੇ ਹੁਣ ਕਈ ਵਾਰੀ ਲੋਕਾਂ ਦੀ ਜ਼ਮੀਰ ਤੇ ਸੱਟ ਮਾਰਨ ਦੀ ਕੋਸ਼ਿਸ਼ ਵੀ ਕਰਨੀ, ਪਰ ਪੰਜਾਬ ਦੇ ਲੋਕ, ਡੇਰਾ ਬਾਬਾ ਨਾਨਕ ਦੇ ਲੋਕ, ਉਹ ਬਹਾਦਰ ਲੋਕ ਨੇ ਜਿਹੜੀ ਆਪਣੀ ਜ਼ਮੀਰ ਕਿਤੇ ਗਿਰਵੀ ਨਹੀਂ ਪਾਉਣਗੇ, ਜਿਨ੍ਹਾਂ ਨੇ 4 ਸਾਲ 11 ਮਹੀਨੇ ਤੇ ਘੱਟੋ ਘੱਟ ਮੈਂ ਕਹਿ ਸਕਦਾ ਕਿ 20 ਦਿਨਾਂ ਦੇ ਵਿੱਚ ਕੋਈ ਕੰਮ ਨਹੀਂ ਕੀਤਾ, ਉਹਨਾਂ ਕੋਲੋਂ ਕੋਈ ਆਸ ਨਹੀਂ ਸਾਨੂੰ। ਤੇ ਉਹਨਾਂ ਨੇ ਹੁਣ ਕਈ ਤਰ੍ਹਾਂ ਦੇ ਲਾਲਚ ਦੇ ਕੇ ਤੁਹਾਨੂੰ ਸਾਰਿਆਂ ਨੂੰ ਲੋਕਾਂ ਨੂੰ ਭਰਮਾਉਣ ਦੀ ਜਿੱਦ ਕਰਨਾ, ਪਰ ਲੋਕ ਬਹੁਤ ਸੂਝਵਾਨ ਸਿਆਣੇ ਨੇ, ਉਹਨਾਂ ਨੂੰ ਪਤਾ ਕਿ ਕਾਂਗਰਸ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ। ਇੱਥੇ ਲੋਕ ਜਿਹੜੇ ਨੇ ਉਪ ਮੁੱਖ ਮੰਤਰੀ ਦੇ ਜਦੋਂ ਘਰ 'ਚ ਗਏ ਨੇ, ਉੱਥੋਂ ਵੀ ਉਹਨਾਂ ਨੂੰ ਜਿਹੜੀਆਂ ਵਾ ਜਲਾਲਤ ਸਿਆਣੀ ਪਈ, ਲੋਕਾਂ ਨੂੰ ਧੱਕੇ ਵੱਜੇ, ਲੋਕਾਂ ਦੇ ਮੂੰਹ 'ਤੇ ਫਾਈਲਾਂ ਤੱਕ ਵੱਜਦੀਆਂ ਰਹੀਆਂ ਨੇ। ਤੇ ਮੈਂ ਕਹੂੰਗਾ ਕਿ ਇਸ ਜੇ ਬੰਦੇ ਨੂੰ ਵੋਟ ਪਾਉਣਾ, ਵੋਟ ਦੀ ਬਰਬਾਦੀ ਕਰਨਾ ਹੋਊਗਾ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਜਦੋਂ ਸਰਕਾਰ ਬਣਾਈ ਆ, ਅਮਨ, ਖੁਸ਼ਹਾਲੀ ਤੇ ਤਰੱਕੀ ਦਾ ਲੈ ਕੇ ਸੰਦੇਸ਼ ਆਈ ਆ। ਵਾਹਿਗੁਰੂ ਜੀ ਕਾ ਖਾਲਸਾ। ਤੁਸੀਂ ਦੇਖਿਆ ਦੀਵਾ ਪੰਜਾਬ ਨੂੰ ਜੀ, ਮੈਂ ਮੋਰਾ ਭੱਟੀ। ਇਸ ਵੇਲੇ ਆਪਾਂ ਖੜੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਆ ਜੀ, ਜਿੱਥੇ ਵੀ ਅਕਾਲੀ ਦਲ ਦੇ ਵਿੱਚ ਕੁਝ ਵਰਕਰ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ। ਸ਼ਾਮਿਲ ਕਿੰਨੇ ਦੇ ਥਰੂ ਹੋਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਜੀ ਆਪਣਾ ਨਾਮ ਜੀ? ਮੇਰਾ ਨਾਮ ਸਰਦਾਰ ਨਿਰਮਲ ਸਿੰਘ, ਵਾਇਸ ਚੇਅਰਮੈਨ ਪਿੰਡ ਹਰੂਆਲ। ਅਸੀਂ ਅੱਜ ਰਵੀ ਕਰਨ ਸਿੰਘ ਕਾਲੋ ਦੀ ਸਾਰੇ ਸਮੂਹ ਪਿੰਡ ਵੱਲੋਂ ਮੀਟਿੰਗ ਰਖਾਈ ਆ, ਅਤੇ ਅੱਜ ਸਾਡੇ ਹਰੂਆਲ ਦੇ ਜਿਹੜੇ ਨੇ 25 ਪਰਿਵਾਰ ਕਾਂਗਰਸੀ ਪਰਿਵਾਰ ਜਿਹੜੇ ਨੇ ਅਸੀਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤੇ ਨੇ। ਅਸੀਂ ਰਵੀ ਕਰਨ ਸਿੰਘ ਸਾਹਿਬ ਕਾਲੋ ਨੂੰ ਵਿਸ਼ਵਾਸ ਦਿਵਾਉਂਦੇ ਹਾਂ। ਅਸੀਂ ਪੋਲਿੰਗ ਬੂਥ 'ਤੇ ਵੀ ਏਜੰਟ ਪੱਕੇ ਤੌਰ 'ਤੇ ਹੋ ਕੇ ਖਲੋ ਕੇ ਪੂਰੇ ਪਿੰਡ ਦੀਆਂ ਸਾਰੀਆਂ ਵੋਟਾਂ ਪਵਾ ਕੇ ਐਰਕਾਂ ਅਸੀਂ ਇਹਨਾਂ ਨੂੰ ਹਰੂਆਲ ਤੋਂ ਵੀ ਜਿੱਤ ਦਿਵਾਉਣੀ ਆ। ਇਹਨਾਂ ਦਾ ਬਹੁਤ ਪਿੰਡ ਨੇ, ਸਾਡੇ ਪਿੰਡ ਨੇ ਬਹੁਤ ਸਾਥ ਦਿੱਤਾ, ਕਿਉਂਕਿ ਸਾਡੇ ਪਿੰਡ 'ਤੇ ਬਹੁਤ ਸੁੱਖੀ ਰੰਧਾਵੇ ਨੇ ਬਹੁਤ ਧੱਕੇ ਕੀਤੇ ਆ, ਬਹੁਤ ਜਲੀਲ ਕੀਤਾ ਲੋਕਾਂ ਨੂੰ, ਇਸ ਕਰਕੇ ਉਹਨਾਂ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਵਾ। ਅਸੀਂ ਸਭ ਲੋਕਾਂ ਦੇ ਪਿੰਡ ਹਰੂਆਲ ਦੇ ਅਸੀਂ ਧੰਨਵਾਦ, ਉਹਨਾਂ ਦੀ ਧੰਨਵਾਦੀ ਅਸੀਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਜਤਿੰਦਰ ਕੁਮਾਰ ਸੋਨੂੰ ਦੇ ਨਾਲ ਮੂਹਰਾਜ ਭੱਟੀ ਦੀ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਰਿਪੋਰਟ। ਤੁਸੀਂ ਦੇਖਿਆ ਦੀਵਾ ਪੰਜਾਬ ਨੂੰ ਜੀ, ਮੈਂ ਮੂਹਰਾਜ ਭੱਟੀ। ਇਸ ਵੇਲੇ ਆਪਾਂ ਖੜੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਆ ਜੀ, ਜਿੱਥੇ ਵੀ ਅਕਾਲੀ ਦਲ ਦੇ ਵਿੱਚ ਕੁਝ ਵਰਕਰ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ। ਸ਼ਾਮਿਲ ਕਿੰਨੇ ਦੇ ਥਰੂ ਹੋਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਜੀ ਆਪਣਾ ਨਾਮ ਜੀ? ਮੇਰਾ ਨਾਮ ਸਰਦਾਰ ਨਿਰਮਲ ਸਿੰਘ, ਵਾਇਸ ਚੇਅਰਮੈਨ ਪਿੰਡ ਹਰੂਆਲ। ਅਸੀਂ ਅੱਜ ਰਵੀ ਕਰਨ ਸਿੰਘ ਕਾਲੋ ਦੀ ਸਾਰੇ ਸਮੂਹ ਪਿੰਡ ਵੱਲੋਂ ਮੀਟਿੰਗ ਰਖਾਈ ਆ, ਅਤੇ ਅੱਜ ਸਾਡੇ ਹਰੂਆਲ ਦੇ ਜਿਹੜੇ ਨੇ 25 ਪਰਿਵਾਰ ਕਾਂਗਰਸੀ ਪਰਿਵਾਰ ਜਿਹੜੇ ਨੇ ਅਸੀਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤੇ ਨੇ। ਅਸੀਂ ਰਵੀ ਕਰਨ ਸਿੰਘ ਸਾਹਿਬ ਕਾਲੋ ਨੂੰ ਵਿਸ਼ਵਾਸ ਦਿਵਾਉਂਦੇ ਹਾਂ,
ਅਸੀਂ ਪੋਲਿੰਗ ਬੂਥ 'ਤੇ ਵੀ ਏਜੰਟ ਪੱਕੇ ਤੌਰ 'ਤੇ ਹੋ ਕੇ ਖਲੋ ਕੇ ਪੂਰੇ ਪਿੰਡ ਦੀਆਂ ਸਾਰੀਆਂ ਵੋਟਾਂ ਪਵਾ ਕੇ ਐਰਕਾਂ ਅਸੀਂ ਇਹਨਾਂ ਨੂੰ ਹਰੂਵਾਲ ਤੋਂ ਵੀ ਜਿੱਤ ਦਵਾਉਣੀ ਆ। ਇਹਨਾਂ ਦਾ ਬਹੁਤ ਪਿੰਡ ਨੇ ਸਾਡੇ ਪਿੰਡ ਨੇ ਬਹੁਤ ਸਾਥ ਦਿੱਤਾ, ਕਿਉਂਕਿ ਸਾਡੇ ਪਿੰਡ 'ਤੇ ਬਹੁਤ ਸੁੱਖੀ ਰੰਧਾਵੇ ਨੇ ਬਹੁਤ ਧੱਕੇ ਕੀਤੇ ਆ, ਬਹੁਤ ਜਲੀਲ ਕੀਤਾ ਲੋਕਾਂ ਨੂੰ, ਇਸ ਕਰਕੇ ਉਹਨਾਂ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਵਾ। ਅਸੀਂ ਸਭ ਲੋਕਾਂ ਦੇ ਪਿੰਡ ਹਰੂਵਾਲ ਦੇ ਅਸੀਂ ਧੰਨਵਾਦ ਉਹਨਾਂ ਦੀ ਧੰਨਵਾਦੀ ਅਸੀਂ ਧੰਨਵਾਦ ਕਰਦੇ ਹਾਂ। ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਜਤਿੰਦਰ ਕੁਮਾਰ ਸੋਨੂੰ ਦੇ ਨਾਲ ਮੂਹਰਾ ਜੀ ਪੱਟੀ ਦੀ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਰਿਪੋਰਟ। ਤੁਸੀਂ ਦੇਖਿਆ ਦੀਵਾ ਪੰਜਾਬ ਨੂੰ ਜੀ, ਮੈਂ ਮੂਹਰਾ ਜੀ ਪੱਟੀ। ਇਸ ਵੇਲੇ ਆਪਾਂ ਖੜੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਜੀ, ਜਿੱਥੇ ਵੀ ਅਕਾਲੀ ਦਲ ਦੇ ਵਿੱਚ ਕੁਝ ਵਰਕਰ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ। ਸ਼ਾਮਿਲ ਕਿੰਨੇ ਦੇ ਥਰੂ ਹੋਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਜੀ ਆਪਣਾ ਨਾਮ ਜੀ? ਮੇਰਾ ਨਾਮ ਸਰਦਾਰ ਨਿਰਮਲ ਸਿੰਘ, ਵਾਈਸ ਚੇਅਰਮੈਨ ਪਿੰਡ ਹਰੂਵਾਲ। ਅਸੀਂ ਅੱਜ ਰਵੀ ਕਰਨ ਸਿੰਘ ਕਾਲੋ ਦੀ ਸਾਰੇ ਸਮੂਹ ਪਿੰਡ ਵੱਲੋਂ ਮੀਟਿੰਗ ਰਖਾਈ ਆ, ਅਤੇ ਅੱਜ ਸਾਡੇ ਹਰੂਵਾਲ ਦੇ ਜਿਹੜੇ ਨੇ 25 ਪਰਿਵਾਰ ਕਾਂਗਰਸੀ ਪਰਿਵਾਰ ਜਿਹੜੇ ਨੇ ਅਸੀਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤੇ ਨੇ। ਅਸੀਂ ਰਵੀ ਕਰਨ ਸਿੰਘ ਸਾਹਿਬ ਕਾਲੋ ਨੂੰ ਵਿਸ਼ਵਾਸ ਦਿਵਾਉਂਦੇ ਹਾਂ। ਅਸੀਂ ਪੋਲਿੰਗ ਬੂਥ 'ਤੇ ਵੀ ਏਜੰਟ ਪੱਕੇ ਤੌਰ 'ਤੇ ਹੋ ਕੇ ਖਲੋ ਕੇ ਪੂਰੇ ਪਿੰਡ ਦੀਆਂ ਸਾਰੀਆਂ ਵੋਟਾਂ ਪਵਾ ਕੇ ਐਰਕਾਂ ਅਸੀਂ ਇਹਨਾਂ ਨੂੰ ਹਰੂਵਾਲ ਤੋਂ ਵੀ ਜਿੱਤ ਦਵਾਉਣੀ ਆ। ਇਹਨਾਂ ਦਾ ਬਹੁਤ ਪਿੰਡ ਨੇ ਸਾਡੇ ਪਿੰਡ ਨੇ ਬਹੁਤ ਸਾਥ ਦਿੱਤਾ, ਕਿਉਂਕਿ ਸਾਡੇ ਪਿੰਡ 'ਤੇ ਬਹੁਤ ਸੁੱਖੀ ਰੰਧਾਵੇ ਨੇ ਬਹੁਤ ਧੱਕੇ ਕੀਤੇ ਆ, ਬਹੁਤ ਜਲੀਲ ਕੀਤਾ ਲੋਕਾਂ ਨੂੰ, ਇਸ ਕਰਕੇ ਉਹਨਾਂ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਵਾ। ਅਸੀਂ ਸਭ ਲੋਕਾਂ ਦੇ ਪਿੰਡ ਹਰੂਵਾਲ ਦੇ ਅਸੀਂ ਧੰਨਵਾਦ ਉਹਨਾਂ ਦੀ ਧੰਨਵਾਦੀ ਅਸੀਂ ਧੰਨਵਾਦ ਕਰਦੇ ਹਾਂ। ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਜਤਿੰਦਰ ਕੁਮਾਰ ਸੋਨੂੰ ਦੇ ਨਾਲ ਮੂਹਰਾ ਜੀ ਪੱਟੀ ਦੀ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਰਿਪੋਰਟ। ਤੁਸੀਂ ਦੇਖਿਆ ਦੀਵਾ ਪੰਜਾਬ ਨੂੰ ਜੀ, ਮੈਂ ਮੂਹਰਾ ਜੀ ਪੱਟੀ। ਇਸ ਵੇਲੇ ਆਪਾਂ ਖੜੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਜੀ, ਜਿੱਥੇ ਵੀ ਅਕਾਲੀ ਦਲ ਦੇ ਵਿੱਚ ਕੁਝ ਵਰਕਰ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ। ਸ਼ਾਮਿਲ ਕਿੰਨੇ ਦੇ ਥਰੂ ਹੋਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਜੀ ਆਪਣਾ ਨਾਮ ਜੀ? ਮੇਰਾ ਨਾਮ ਸਰਦਾਰ ਨਿਰਮਲ ਸਿੰਘ, ਵਾਈਸ ਚੇਅਰਮੈਨ ਪਿੰਡ ਹਰੂਵਾਲ। ਅਸੀਂ ਅੱਜ ਰਵੀ ਕਰਨ ਸਿੰਘ ਕਾਲੋ ਦੀ ਸਾਰੇ ਸਮੂਹ ਪਿੰਡ ਵੱਲੋਂ ਮੀਟਿੰਗ ਰਖਾਈ ਆ, ਅਤੇ ਅੱਜ ਸਾਡੇ ਹਰੂਵਾਲ ਦੇ ਜਿਹੜੇ ਨੇ 25 ਪਰਿਵਾਰ ਕਾਂਗਰਸੀ ਪਰਿਵਾਰ ਜਿਹੜੇ ਨੇ ਅਸੀਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤੇ ਨੇ। ਅਸੀਂ ਰਵੀ ਕਰਨ ਸਿੰਘ ਸਾਹਿਬ ਕਾਲੋ ਨੂੰ ਵਿਸ਼ਵਾਸ ਦਿਵਾਉਂਦੇ ਹਾਂ। ਅਸੀਂ ਪੋਲਿੰਗ ਬੂਥ 'ਤੇ ਵੀ ਏਜੰਟ ਪੱਕੇ ਤੌਰ 'ਤੇ ਹੋ ਕੇ ਖਲੋ ਕੇ ਪੂਰੇ ਪਿੰਡ ਦੀਆਂ ਸਾਰੀਆਂ ਵੋਟਾਂ ਪਵਾ ਕੇ ਐਰਕਾਂ ਅਸੀਂ ਇਹਨਾਂ ਨੂੰ ਹਰੂਵਾਲ ਤੋਂ ਵੀ ਜਿੱਤ ਦਵਾਉਣੀ ਆ। ਇਹਨਾਂ ਦਾ ਬਹੁਤ ਪਿੰਡ ਨੇ ਸਾਡੇ ਪਿੰਡ ਨੇ ਬਹੁਤ ਸਾਥ ਦਿੱਤਾ, ਕਿਉਂਕਿ ਸਾਡੇ ਪਿੰਡ 'ਤੇ ਬਹੁਤ ਸੁੱਖੀ ਰੰਧਾਵੇ ਨੇ ਬਹੁਤ ਧੱਕੇ ਕੀਤੇ ਆ, ਬਹੁਤ ਜਲੀਲ ਕੀਤਾ ਲੋਕਾਂ ਨੂੰ, ਇਸ ਕਰਕੇ ਉਹਨਾਂ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਵਾ। ਅਸੀਂ ਸਭ ਲੋਕਾਂ ਦੇ ਪਿੰਡ ਹਰੂਵਾਲ ਦੇ ਅਸੀਂ ਧੰਨਵਾਦ ਉਹਨਾਂ ਦੀ ਧੰਨਵਾਦੀ ਅਸੀਂ ਧੰਨਵਾਦ ਕਰਦੇ ਹਾਂ। ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਜਤਿੰਦਰ ਕੁਮਾਰ ਸੋਨੂੰ ਦੇ ਨਾਲ ਮੂਹਰਾ ਜੀ ਪੱਟੀ ਦੀ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਰਿਪੋਰਟ। ਤੁਸੀਂ ਦੇਖਿਆ ਦੀਵਾ ਪੰਜਾਬ ਨੂੰ ਜੀ, ਮੈਂ ਮੂਹਰਾ ਜੀ ਪੱਟੀ। ਇਸ ਵੇਲੇ ਆਪਾਂ ਖੜੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰੂਵਾਲ ਜੀ, ਜਿੱਥੇ ਵੀ ਅਕਾਲੀ ਦਲ ਦੇ ਵਿੱਚ ਕੁਝ ਵਰਕਰ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ। ਸ਼ਾਮਿਲ ਕਿੰਨੇ ਦੇ ਥਰੂ ਹੋਏ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਜੀ ਆਪਣਾ ਨਾਮ ਜੀ? ਮੇਰਾ ਨਾਮ ਸਰਦਾਰ ਨਿਰਮਲ ਸਿੰਘ, ਵਾਈਸ ਚੇਅਰਮੈਨ ਪਿੰਡ ਹਰੂਵਾਲ। ਅਸੀਂ ਅੱਜ ਰਵੀ ਕਰਨ ਸਿੰਘ ਕਾਲੋ ਦੀ ਸਾਰੇ ਸਮੂਹ ਪਿੰਡ ਵੱਲੋਂ ਮੀਟਿੰਗ ਰਖਾਈ ਆ, ਅਤੇ ਅੱਜ ਸਾਡੇ ਹਰੂਵਾਲ ਦੇ ਜਿਹੜੇ ਨੇ 25 ਪਰਿਵਾਰ ਕਾਂਗਰਸੀ ਪਰਿਵਾਰ ਜਿਹੜੇ ਨੇ ਅਸੀਂ ਅਕਾਲੀ ਦਲ ਦੇ ਵਿੱਚ ਸ਼ਾਮਿਲ ਕੀਤੇ ਨੇ। ਅਸੀਂ ਰਵੀ ਕਰਨ ਸਿੰਘ ਸਾਹਿਬ ਕਾਲੋ ਨੂੰ ਵਿਸ਼ਵਾਸ ਦਿਵਾਉਂਦੇ ਹਾਂ। ਅਸੀਂ ਪੋਲਿੰਗ ਬੂਥ 'ਤੇ ਵੀ ਏਜੰਟ ਪੱਕੇ ਤੌਰ 'ਤੇ ਹੋ ਕੇ ਖਲੋ ਕੇ ਪੂਰੇ ਪਿੰਡ ਦੀਆਂ ਸਾਰੀਆਂ ਵੋਟਾਂ ਪਵਾ ਕੇ ਐਰਕਾਂ ਅਸੀਂ ਇਹਨਾਂ ਨੂੰ ਹਰੂਵਾਲ ਤੋਂ ਵੀ ਜਿੱਤ ਦਵਾਉਣੀ ਆ। ਇਹਨਾਂ ਦਾ ਬਹੁਤ ਪਿੰਡ ਨੇ ਸਾਡੇ ਪਿੰਡ ਨੇ ਬਹੁਤ ਸਾਥ ਦਿੱਤਾ, ਕਿਉਂਕਿ ਸਾਡੇ ਪਿੰਡ 'ਤੇ ਬਹੁਤ
ਸੁੱਖੀ ਰੰਧਾਵੇ ਨੇ ਬਹੁਤ ਧੱਕੇ ਕੀਤੇ ਆ, ਬਹੁਤ ਜਲੀਲ ਕੀਤਾ ਲੋਕਾਂ ਨੂੰ, ਇਸ ਕਰਕੇ ਉਹਨਾਂ ਲੋਕਾਂ ਨੇ ਸਾਡਾ ਬਹੁਤ ਸਾਥ ਦਿੱਤਾ ਵਾ। ਅਸੀਂ ਸਭ ਲੋਕਾਂ ਦੇ ਪਿੰਡ ਹਰੂਵਾਲ ਦੇ ਅਸੀਂ ਧੰਨਵਾਦ, ਉਹਨਾਂ ਦੀ ਧੰਨਵਾਦੀ ਅਸੀਂ ਧੰਨਵਾਦ ਕਰਦੇ ਹਾਂ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਮਰਾਮੈਨ ਜਤਿੰਦਰ ਕੁਮਾਰ ਸੋਨੂੰ ਦੇ ਨਾਲ ਮੂਹਰਾਜ ਭੱਟੀ ਦੀ ਡੇਰਾ ਬਾਬਾ ਨਾਨਕ ਤੋਂ ਵਿਸ਼ੇਸ਼ ਰਿਪੋਰਟ।